السلام علیکم. آج دا بہت ہی مزیدار ویلوگ بنے دا پیاں. تو سڑے دے پیا اس ہر پاس ہوں ریگستان دے ٹیبے ٹیبے دے دریا دے پیا اس ہیں. تے میں آج پریکٹس کرن ویندا پیاں. تو کوئی ماحول وی دیکھندا پیاں. میں کم از کم پریکٹس کرنی ہے تو ادھا گھنٹہ پورا. تے ਇੱਥੋਂ ਦਾ ਮਾਹੌਲ ਹੀ ਤੁਹਾਨੂੰ ਦਿਖਾਉਂਦਾ ਪਿਆ. ਇਨ ਸ਼ਾ ਅੱਲਾ ਇਹ ਟਿੱਬੇ ਦੇ ਪਿਆ ਉਸ ਇਹ ਛੋਲੇ ਰਾਧੇ ਪੈਣ ਛੋਲੇ ਦੇ ਪਿਆ ਉਸ ਅਤੇ ਮੈਂ ਕੋਈ ਦੇ ਪਿਆ ਉਸ ਮੈਂ ਪੂਰਾ ਕਿੱਟ ਤਿਆਰ ਹੋ ਗਿਆ. ਅਤੇ ਮੈਂ ਹੁਣ ਕਹਿੰਦਾ ਪਿਆ ਪ੍ਰੈਕਟਿਸ ਕਰਨ ਰਨਿੰਗ ਕਰਨ. ਅਤੇ ਇਨ ਸ਼ਾ ਅੱਲਾ ਇੱਥੇ ਤਾਂ ਤੁਹਾਨੂੰ ਮਾਹੌਲ ਦਿਖਾਉਂਦਾ ਪਿਆ. ਅਤੇ ਉਸ ਜਗ੍ਹਾ ਦੇ ਬਾਰੇ ਤੋਂ ਤੁਹਾਨੂੰ ਮਾਹੌਲ ਦਿਖਾਇਆ ਸਾ ਜਿੱਥੇ ਮੈਂ ਜਿੱਥੋਂ ਤਾਈਂ ਵੰਜਣਾ ਜਿੱਥੇ ਜਿਹੜਾ ਮੇਰਾ ਟਾਰਗੇਟ ਹੈ ਜਿਹੜੇ ਟਾਰਗੇਟ ਤਾਈਂ ਮੈਂ ਸਫ਼ਰ ਕਰਨਾ ਪ੍ਰੈਕਟਿਸ ਕਰਨੀ ਹੈ. ਅਤੇ ਬੜਾ ਦਾ ਮਜ਼ੇਦਾਰ ਵਲੌਗ ਸੀ. ਮੈਂ ਹੁਣ ਜੋਗਿੰਗ ਸ਼ੁਰੂ ਕਰਨਾ ਪਿਆ ਸਾਡੇ ਇੱਥੇ ਪਿਆ ਸੋ ਮੈਂ ਜੋਗਿੰਗ ਸ਼ੁਰੂ ਕਰ ਲਈ ਹੈ. ਅਤੇ ਪਿੱਛੋਂ ਦਾ ਮਾਹੌਲ ਵੀਡੀਓ 'ਤੇ ਪਿਆ ਸੋ ਤੁਹਾਨੂੰ ਨਜ਼ਰ ਆਉਂਦਾ ਪਿਓ ਸੀ. ਅਤੇ ਅਲਹਮਦੁਲਿਲਾ ਬਹੁਤ ਅੱਛੇ ਫਸਲ ਪੈਣ ਗੰਦਮ ਦੇ. ਅਤੇ ਬੜੇ ਹੀ ਅੱਛੇ ਫਸਲ ਪੈਣ ਇਹ ਗੰਦਮ ਦੇ ਪਿਆ ਸੋ ਇਹ ਗੰਦਮ ਸਿਟੀ ਕਾਟ ਆਈਏ ਕਾਫੀ ਵੱਡੀ ਸਾਰੀ ਸਿਟੀ ਸੀ ਗਈ ਹੈ. ਅਤੇ ਤੁਸੀਂ ਮੇਰਾ ਵਲੌਗ ਦੇ ਪੈਵੇ. ਅਗਰ ਤੁਸੀਂ ਮੇਰਾ ਯੂਟਿਊਬ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਇੱਕ ਸਬਸਕ੍ਰਾਈਬ ਜ਼ਰੂਰ ਕਰ ਸੋਚਾ ਸ਼ਾਨ ਅਲੀ ਖੈੜਾ. ਅਤੇ ਬਾਕੀ ਅੱਲਾ ਖੈਰ ਕਰੇ ਸੀ. ਤੁਸੀਂ ਮੇਰੀ ਵੀਡੀਓ ਪੂਰੀ ਬਾਤ ਕਰਨੀ ਹੈ. ਮੈਂ ਪ੍ਰੈਕਟਿਸ ਕਰਨ ਵਾਲਾ ਪਿਆ. ਇਹ ਇੱਕ ਨਾ ਯਾ ਪੂਦੇ ਇਹਦੇ ਪੈ ਉਸ ਇਹਦਾ ਨਾਂ ਹੈ ਉਸੂ ਉਸ ਖੂਬਸੂਰਤ ਹੀ ਹੈ ਖੂਬਸੂਰਤ. ਪ੍ਰੈਕਟਿਸ ਸ਼ੁਰੂ ਹੋਈ ਸਾਰੀ ਟ੍ਰੇਨਿੰਗ ਸ਼ੁਰੂ ਹੋਈ ਟਾਈਮ ਆ ਚੱਲਦਾ ਪਿਆ ਸਟਾਫ ਅੱਜ ਮਾਰ ਕੇ ਮੇਰੀ ਬੈਕ ਸਾਈਡ ਤੋਂ ਇਹ ਸੂਰਜ ਜਿਹਦੀ ਵਜ੍ਹਾ ਨਾਲ ਵੀਡੀਓ ਠੀਕ ਨਹੀਂ ਬਣਦੀ ਪਈ. ਲਿਹਾਜ਼ਾ ਮੈਂ ਸਫ਼ਰ ਇੱਥੇ ਸਾਡਾ ਕਰ ਲਈਏ. ਅਤੇ ਇਨ ਸ਼ਾ ਅੱਲਾ ਫਰੰਟ ਕੈਮਰਾ ਬੰਦ ਕਰਦੇ ਪਏ ਬਾਈਕ ਚਲਾਏ ਸੂਣ ਟੋਕ ਮਾਹੌਲ ਦਿਖਾਉਂਦੇ ਪਏ ਸੂਣ. ਤੁਸੀਂ ਮੇਰੀ ਵੀਡੀਓ ਪੂਰੀ ਵਾਚ ਕਰਨੀ ਹੈ.